ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਹੋ ਰਹੀ ਹੈ ਤੇ ਇਸ ਦੇ ਚਲਦਿਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਵੋਟਰ ਆਪਣੀ ਵੋਟ ਪਾਉਣ ਲਈ ਜਾ ਰਹੇ ਨੇ ਉੱਥੇ ਹੀ ਹਰੇਕ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਵੀ ਆਪਣੀ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਕਾਂਗਰਸੀ ਉਮੀਦਵਾਰ ਡਾਕਟਰ ਰਾਜ ਕੁਮਾਰ ਵੇਰਕਾ ਤੇ ਆਪ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕੋ ਬੂਥ ਤੇ ਵੋਟ ਪਾਈ ਹੈ ਪਰ ਇਸ ਮੌਕੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਉਹ ਅੱਜ ਆਪਣਾ ਮਤਦਾਨ ਕਰਨ ਦੇ ਲਈ ਪਹੁੰਚੇ ਨੇ ਅਤੇ ਹਰੇਕ ਵੋਟਰ ਨੂੰ ਆਪਣਾ ਮਤਦਾਨ ਕਰਨਾ ਜ਼ਰੂਰੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਝਾੜੂ ਦਾ ਤਿੱਲਾ ਤਿੱਲਾ ਖਿਲਰ ਚੁੱਕਿਆ ਅਕਾਲੀ ਦਲ ਨੂੰ ਉਹ ਕਿਸੇ ਵੀ ਰੇਸ ਦੇ ਵਿੱਚ ਨਹੀਂ ਮੰਨਦੇ ਤੇ ਵੱਡੀ ਗਿਣਤੀ ਦੇ ਨਾਲ ਕਾਂਗਰਸ ਹੁਣ ਜਿੱਤ ਕੇ ਸਰਕਾਰ ਬਣਾਏਗੀ ਅੱਜ 2022 ਨੂੰ ਲੈ ਕੇ ਤੁਸੀਂ ਵੋਟ ਪਾਉਣ ਆਏ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਲੋਕ ਉਤਸਵ ਮਨਾ ਰਹੇ ਹੈ ਤਿਉਹਾਰ ਮਨਾ ਰਹੇ ਹੈ ਔਰ ਲੋਕ ਆਪਣੇ ਚੰਗੇ ਉਮੀਦਵਾਰ ਚੁਣਨ ਮੈਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਈ ਆਪਣੇ ਵੋਟ ਹੱਕ ਦਾ ਇਸਤੇਮਾਲ ਕਰੋ ਆਪਣੇ ਵੋਟ ਹੱਕ ਦਾ ਜਦੋਂ ਇਸਤੇਮਾਲ ਨਹੀਂ ਕਰੋਗੇ ਤਾਂ ਤੁਹਾਨੂੰ ਕੋਈ ਵੀ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਹੈ ਫਿਰ ਇਹ ਅਫਸੋਸ ਨਾ ਕਰਨਾ ਕਿ ਕਿਹੜਾ ਬੰਦਾ ਚੰਗਾ ਜਿੱਤ ਗਿਆ ਮਾੜਾ ਜਿੱਤ ਗਿਆ ਤੁਸੀਂ ਫੈਸਲਾ ਕਰੋ ਆ ਕੇ ਬੂਥਾਂ ਦੇ ਉੱਪਰ ਔਰ ਤੁਸੀਂ ਚੰਗੇ ਬੰਦਿਆਂ ਨੂੰ ਚੁਣੋ ਮੈਂ ਉਮੀਦ ਕਰਦਾ ਕਿ ਲੋਕ ਚੰਗੇ ਬੰਦੇ ਚੁਣਨ ਸਰ ਡਾਕਟਰ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ ਕਿ ਕਾਂਗਰਸ ਕਿੰਨੀਆਂ ਸੀਟਾਂ ਲੈ ਕੇ ਇਸ ਵਾਰੀ ਯਾਰ 101 ਜਿੱਤ ਰਹੀ ਹੈ ਮੈਂ ਰੋਜ਼ ਕਹਿੰਦਾ 101 ਪੂਰੀ ਜਿੱਤ ਰਹੀ ਹੈ ਸਰ ਆਮ ਆਦਮੀ ਪਾਰਟੀ ਕੇਜਰੀਵਾਲ ਦੁਆਰਾ ਵੀ ਦਾਅਵੇ ਕੀਤੇ ਜਾ ਰਹੇ ਕਿ ਇਸ ਟਾਈਮ ਸਾਰੀ ਪੰਜਾਬ ਦੀਆਂ ਸੀਟਾਂ ਤੇ ਝਾੜੂ ਫੇਰ ਦਿੱਤਾ ਜਾ ਉਹ ਝਾੜੂ ਪੁੱਠਾ ਹੋ ਗਿਆ ਜੀ ਤਿੱਲਾ ਤਿੱਲਾ ਹੋ ਗਿਆ ਜੀ ਘਸ ਗਿਆ ਜੀ ਖਤਮ ਹੋ ਗਿਆ ਸਰ ਅਕਾਲੀ ਦਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਅਕਾਲੀ ਦਲ ਨੂੰ ਮੈਂ ਵੇਖਦਾ ਹੀ ਨਹੀਂ ਹੈ ਹੀ ਨਹੀਂ ਹੋ